ਬ੍ਰਿਟਾਨੀਆ ਦੇ ਬਰਮਿੰਗਮ ਦੇ ਵਿੱਚ ਲੰਗੀ ਰਾਤ ਅਜੇ ਹੀ ਖਬਰ ਆਈ ਜਿਸ ਨੇ ਸਿੱਖ ਭਾਈਚਾਰੇ ਨੂੰ ਸੋਗ ਦੇ ਵਿੱਚ ਪਾ ਦਿੱਤਾ ਖਾਲਿਸਤਾਨੀ ਸਮਰਥਕ ਤੇ ਲੰਡਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਜੋਂ ਜਾਣੇ ਜਾਂਦੇ ਅਵਤਾਰ ਸਿੰਘ ਖੰਡਾ ਦਾ ਬ੍ਰਿਟਾਨੀਆ ਦੇ ਬਰਮਿੰਗਮ ਦੇ ਇੱਕ ਹਸਪਤਾਲ ਦੇ ਵਿੱਚ ਦੇਰ ਰਾਤ ਦੇ ਹਾਂਦ ਹੋ ਗਿਆ ਖੰਡਾ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਦੀ ਮੌਤ ਨੇ ਜਿੱਥੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਹੈਰਾਨੀ ਤੇ ਸੋਗ ਨਾਲ ਭਰਿਆ ਝਟਕਾ ਦਿੱਤਾ ਉੱਥੇ ਹੀ ਕਈ মিডিਆ ਅਦਾਰਿਆਂ ਨੂੰ ਆਪਣੀ ਪੜਾਅਸ ਕੱਢਣ ਦਾ ਮੌਕਾ ਵੀ ਮਿਲ ਗਿਆ ਹਾਲਾਂਕਿ ਖੰਡਾ ਦੀ ਮੌਤ ਦਾ ਕਾਰਨ ਬਲੱਡ ਕੈਂਸਰ ਦੱਸਿਆ ਜਾ ਰਿਹਾ ਹੈ ਪਰ ਪਰਿਵਾਰ ਸਮੇਤ ਖੰਡਾ ਦੇ ਸਮਰਥਕਾਂ ਨੂੰ ਇਸ ਤੇ ਯਕੀਨ ਨਹੀਂ ਹੈ ਪਰਿਵਾਰ ਨੇ ਮੌਤ ਦੀ ਜਾਂਚ ਮੰਗੀ ਹੈ ਜਦਕਿ ਸਮਰਥਕਾਂ ਨੇ ਖੰਡਾ ਦੀ ਮੌਤ ਜ਼ਹਿਰ ਨਾਲ ਹੋਣ ਦਾ ਖਦਸ਼ਾ ਚਿਤਾਇਆ ਹੈ ਸੈਂਡਵੈਲ ਹਸਪਤਾਲ ਦੇ ਵਿੱਚ ਖੰਡਾ ਨੂੰ ਵੈਂਟੀਲੇਟਰ ਤੇ ਵੀ ਰੱਖੇ ਜਾਣ ਦੀ ਜਾਣਕਾਰੀ ਮਿਲੀ ਹਾਲਾਂਕਿ ਖਬਰਾਂ ਪੜੇ ਜਾਣ ਤੱਕ ਨੌਜਵਾਨ ਖੰਡਾ ਦੀ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ ਖੰਡਾ ਦਾ ਜਨਮ ਮੋਗਾ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਤੇ ਉਸ ਨੂੰ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪੰਮਾ ਸਮੇਤ ਕੇਐਲਐਫ ਦੇ ਹੋਰ ਲੀਡਰਾਂ ਦੇ ਨੇੜੇ ਵੀ ਮੰਨਿਆ ਜਾਂਦਾ ਸੀ ਪਰਿਵਾਰ ਸਮੇਤ ਸਿੱਖ ਕਾਉਂਸਲ ਯੂਕੇ ਨੇਵੀ ਖੰਡਾ ਦੀ ਮੌਤ ਤੇ ਅਫਸੋਸ ਜ਼ਾਹਿਰ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਖਬਰ ਸਾਰਿਆਂ ਦੇ ਲਈ ਜ਼ਬਰਦਸਤ ਸਦਮੇ ਤੇ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਹੈ ਕਿਉਂਕਿ ਖੰਡਾ ਨੂੰ ਹਾਲੀ ਦੇ ਵਿੱਚ ਚਾਰਜੂਨ ਟ੍ਰੈਫਲਗਰ ਸਕੁਅਰ ਦੇ ਵਿੱਚ 1984 ਦੀ ਯਾਦਗਾਰੀ ਰੈਲੀ ਦੌਰਾਨ ਬੜੇ ਹੀ ਚੰਗੀ ਸਿਹਤ ਦੇ ਵਿੱਚ ਦੇਖਿਆ ਗਿਆ ਸੀ ਉਸ ਸਮਾਗਮ ਦੇ ਵਿੱਚ ਅਵਤਾਰ ਸਿੰਘ ਨੇ ਕਹਿੰਦੇ ਇੱਕ ਟੀਵੀ ਚੈਨਲ ਦੇ ਲਈ ਪ੍ਰਸਾਰਣ ਵੀ ਕੀਤਾ ਸੀ ਸਿਕ ਕੌਂਸਲ ਯੂਕੇ ਨੇ ਖੰਡਾ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਡੂੰਘਾਈ ਦੇ ਨਾਲ ਪੁਲਿਸ ਜਾਂਚ ਦੀ ਫੌਰੀ ਮੰਗ ਕੀਤੀ ਹੈ ਅਤੇ ਪੋਸਟਮਾਰਟਮ ਦੀ ਜਾਂਚ ਕਰਵਾਉਣ ਦੇ ਲਈ ਜੋ ਮ੍ਰਿਤਕ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਮੰਗ ਕੀਤੀ ਹੈ ਉਸ ਮੰਗ ਦਾ ਵੀ ਸਮਰਥਨ ਕੀਤਾ ਹੈ ਇਸ ਦੇ ਨਾਲ ਹੀ ਸਿੱਖ ਕਾਉਂਸਲ ਯੂਕੇ ਨੇ ਵੀ ਖੰਡਾ ਦੀ ਮੌਤ ਜ਼ਹਿਰ ਦੇ ਨਾਲ ਹੋਣ ਦਾ ਖਦਸ਼ਾ ਜਤਾਇਆ ਹੈ ਤੇ ਕੁਝ ਘਟਨਾਵਾਂ ਦਾ ਜ਼ਿਕਰ ਵੀ ਇਸ ਪ੍ਰੈਸ ਨੋਟ ਦੇ ਵਿੱਚ ਕੀਤਾ ਹੈ ਪ੍ਰੈਸ ਨੋਟ ਦੇ ਵਿੱਚ ਉਹਨਾਂ ਨੇ 2018 ਦੀ ਘਟਨਾ ਦਾ ਜ਼ਿਕਰ ਕੀਤਾ ਜਿਦੇ ਵਿੱਚ ਇੱਕ ਸਾਬਕਾ ਰੂਸੀ ਵਿਅਕਤੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਘਟਨਾ ਜਿਹੜੀ ਹੈ ਉਹ ਦੱਸੀ ਗਈ ਹੈ ਜਿਸ ਨੂੰ ABC ਉਸ ਨੇ ਰਿਪੋਰਟ ਵੀ ਕੀਤਾ ਸੀ ਸਿਕ ਕੌਂਸਲਰ ਯੂਕੇ ਨੇ ਪਰਵਾਦ ਦੇ ਨਾਲ ਡੂੰਗੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਨਾਲ ਖੜੇ ਹੋਣ ਦਾਬੀ ਐਲਾਨ ਕੀਤਾ ਹੈ ਉਧਰ ਸ਼੍ਰੋਮਣੀ ਕਾਲੇਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਐਮਪੀ ਵੀ ਨੇ ਉਹਨਾਂ ਨੇ ਵੀ ਮੌਤੇ ਦੁੱਖ ਜ਼ਾਹਿਰ ਕਰਦਿਆਂ ਫੇਸਬੁੱਕ ਤੇ ਪੋਸਟ ਕੀਤਾ ਹੈ ਕਿ ਖਬਰ ਸੁਣ ਕੇ ਬੜਾ ਦੁੱਖ ਲੱਗਿਆ ਕਿ ਅਵਤਾਰ ਸਿੰਘ ਖੰਡਾ ਦੁਨੀਆ ਚ ਨਹੀਂ ਰਹੇ ਅਵਤਾਰ ਸਿੰਘ ਖੰਡਾ ਦਾ ਇਸ ਤਰ੍ਹਾਂ ਸੰਸਾਰ ਤੋਂ ਚਲੇ ਜਾਣਾ ਸਾਡੀ ਪਾਰਟੀ ਤੇ ਸਮੁੱਚੇ ਖਾਲਸਾ ਪੰਥ ਲਈ ਵੱਡਾ ਘਾਟਾ ਹੈ ਸਿੱਖ ਸੰਗਰਸ਼ ਵਿੱਚ ਖੰਡਾ ਨੇ ਅਹਿਮ ਯੋਗਦਾਨ ਦਿੱਤਾ 2011 ਤੋਂ ਇੰਗਲੈਂਡ ਚ ਰਹਿ ਰਹੇ ਸਨ ਤੇ ਬਲੱਡ ਕੈਂਸਰ ਹਿੰਦੀ ਇਸੀ ਪਿਛਲੇ ਦਿਨੀ ਚਰਚਾ ਵਿੱਚ ਰਹਿਣ ਵਾਲੇ ਉਤਾਲ ਸਿੰਘ ਖੰਡਾ ਦੇ ਕਹਿੰਦੇ ਇਸ ਤਰ੍ਹਾਂ ਸ਼ੱਕੀ ਹਾਲਾਤਾਂ ਵਿੱਚ ਚਲੇ ਜਾਂ ਤੇ ਬਰਤਾਨੀਆ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਉਤਾਲ ਸਿੰਘ ਖੰਡਾ ਵੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋਇਆ ਦਰਸਲ ਪਿਛਲੇ ਸਮੇਂ ਜਦੋਂ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਵੱਡੀ ਸੀ ਤਾਂ ਖੰਡਾ ਨੂੰ ਜਾਂਚ ਦੇ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਦੀਆਂ ਖਬਰਾਂ ਆਈਆਂ ਸਨ ਖੰਡਾ ਨੇ ਵੀਡੀਓ ਜਾਰੀ ਕਰਕੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਦੇ ਵਿੱਚ ਉਸਦੀ ਅਧਿਆਪਕ ਮਾਂ ਅਤੇ ਭੈਣ ਨੂੰ ਪੁਲਿਸ ਬਿਨਾਂ ਵਜਾ ਹੋਰ ਬੇਕਸੂਰ ਨੌਜਵਾਨਾਂ ਤੇ ਬੀਬੀਆਂ ਵਾਂਗੂ ਪਰੇਸ਼ਾਨ ਕਰ ਰਹੀ ਹੈ ਤੇ ਵਾਰੀ-ਵਾਰੀ ਅਵਤਾਰ ਸਿੰਘ ਖੰਡਾ ਤੋਂ ਅਮਰਿਤਪਾਲ ਸਿੰਘ ਦਾ ਪਤਾ ਪੁੱਛ ਰਹੀ ਹੈ ਜਦਕਿ ਉਸਨੇ ਕਿਹਾ ਕਿ ਇਸ ਵਾਰੇ ਉਸ ਨੂੰ ਕੁਝ ਵੀ ਜਾਣਕਾਰੀ ਨਹੀਂ ਹੈ ਹਾਲਾਂਕਿ ਪੁਲਿਸ ਨੇ ਖੰਡਾ ਦੀ ਸ਼ਮੂਲੀਅਤ ਬਾਰੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਸੀ ਵਾਰਿਸ ਪੰਜਾਬ ਜਥੇਬੰਦੀ ਦੇ ਖਿਲਾਫ ਉਸ ਕਾਰਵਾਈ ਦਰਮਿਆਨ ਪੰਜਾਬ ਪੁਲਿਸ ਵਿਰੁੱਧ ਪੰਜਾਬ ਸਮੇਤ ਵਿਦੇਸ਼ਾਂ ਦੇ ਵਿੱਚ ਕਈ ਥਾਈ ਮੁਜ਼ਾਰੇ ਹੋਏ ਸਨ ਸਿੱਖਾਂ ਦੀ ਛਵੀ ਖਰਾਬ ਕਰਨ ਦੇ ਦੋਸ਼ ਲਾਏ ਗਏ ਇਸੇ ਦਰਮਿਆਨ ਲੰਡਨ ਦੇ ਵਿੱਚ ਭਾਰਤੀ ਅੰਬੈਸੀ ਦੇ ਦਫ਼ਤਰ ਦੇ ਵਿੱਚ ਵੀ ਸਿੱਖ ਪ੍ਰਦਰਸ਼ਨਕਾਰੀਆਂ ਨੇ ਪੰਨ ਤੋੜ ਕੀਤੀ ਸੀ ਰੋਸ ਵਿੱਚ ਤਿਰੰਗਾ ਉਤਾਰ ਕੇ ਰੋਸ ਜ਼ਾਹਿਰ ਕੀਤਾ ਸੀ ਦਾਵਤਾਰ ਸਿੰਘ ਖੰਡਾ ਦਾ ਨਾਮ ਵੀ ਕੇਸ ਵਿੱਚ ਨਾਮਜ਼ਦ ਖਿਤੇ ਜਾਂਦੀਆਂ ਖਬਰਾਂ ਮਿਲੀਆਂ ਸਨ ਕੌਮੀ ਜਾਂਚ ਏਜੰਸੀ ਜਿਹੜੀ ਕਿ ਇਸ ਕੇਸ ਦੀ ਜਾਂਚ ਕਰ ਰਹੀ ਹੈ ਉਸ ਵੱਲੋਂ ਤਾਂ 19 ਮਾਰਚ ਇਸ ਘਟਨਾ ਦਾ ਮੁੱਖ ਮੁਲਜ਼ਮ ਖੰਡਾ ਨੂੰ ਹੀ ਮੰਨਿਆ ਗਿਆ ਸੀ ਹਾਲਾਂਕਿ ਐਨਆਈਏ ਦੇ ਵੱਲੋਂ ਜਿਹੜੀ ਭਾਰਤੀ ਦੂਤਾਵਾਸ ਦੀ ਭੰਤੋੜ ਕਰਨ ਵਾਲੀਆਂ ਤਾਜ਼ਾ ਤਸਵੀਰਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਵਿੱਚ ਅਸੀਂ ਅਵਤਾਰ ਸਿੰਘ ਖੰਡਾ ਦੀ ਤਸਵੀਰ ਨਹੀਂ ਲੱਭ ਸਕੇ ਲੰਘੇ ਦਿਨੀ ਐਨਆਈਏ ਨੇ ਵੀਡੀਓ ਜਾਰੀ ਕੀਤੀ ਸੀ ਤੇ ਹੁਣ ਇਹਨਾਂ ਸਾਰਿਆਂ ਦੀਆਂ ਤਸਵੀਰਾਂ ਦੇ ਨਾਲ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ ਲੋਕਾਂ ਦੇ ਬਾਰੇ ਜਾਣਕਾਰੀ ਹੈ ਇਹਨਾਂ ਤਸਵੀਰਾਂ ਦੇ ਬਾਰੇ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ WhatsApp ਨੰਬਰ ਤੇ ਪੁਲਿਸ ਨੂੰ ਜਾਣਕਾਰੀ ਦੇਣ ਐਨਆਈ ਨੇ ਜਾਣਕਾਰੀ ਦੇਣ ਐਨਆਈ ਨੇ ਸਿੱਖਾਂ ਦੇ ਉਸ ਵੇਲੇ ਦੇ ਪ੍ਰਦਰਸ਼ਨ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ WhatsApp ਨੰਬਰ ਵੀ ਦਿੱਤਾ ਹੈ ਅਤੇ ਭੰਤੋੜ ਕਰਨ ਵਾਲਿਆਂ ਦੀ ਜਾਣਕਾਰੀ ਮੰਗੀ ਹੈ ਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਵਾਅਦਾ ਵੀ ਕੀਤਾ ਹੈ ਕਿ ਲੰਡਨ ਦੇ ਵਿੱਚ ਜਿਹੜੀ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਇਹ ਘਟਨਾ ਵਾਪਰੀ ਸੀ ਉਸ ਦੀ ਭਾਰਤ ਸਰਕਾਰ ਨੇ ਨਿਖੇਦੀ ਵੀ ਕੀਤੀ ਸੀ ਸੋ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਲੰਡਨ ਸਮੇਤ ਜਿੰਨੇ ਵੀ ਸਿੱਖ ਦੁਨੀਆ ਭਰ ਦੇ ਵਿੱਚ ਉਸ ਨੂੰ ਜਾਣਦੇ ਸਨ ਉਹ ਸਾਰੇ ਹੈਰਾਨ ਨੇ ਅਤੇ ਦੁੱਖ ਪ੍ਰਗਟ ਕਰ ਰਹੇ ਨੇ ਤੇ ਹੁਣ ਮੌਤ ਦੀ ਚ ਹੈ ਜਿਹੜੀ ਉਹ ਕਈ ਲੋਕਾਂ ਦੇ ਵੱਲੋਂ ਪਰਿਵਾਰ ਪਰਿਵਾਰ ਸਮੇਤ ਕਈ ਜਥੇਬੰਦੀਆਂ ਦੇ ਵੱਲੋਂ ਮੰਗੀ ਜਾ ਰਹੀ ਹੈ